ਪਿੰਡ ਮੈਂ ਕਥਾ ਕਰਨ ਗਿਆ, ਮੈਂ ਕੋਈ ਤੁੱਕ ਪੁੱਛ ਬੈਠਾ ਤੇ ਅੱਗੋਂ ਆਵਾਜ਼ ਆਈ, ਕਹਿੰਦੇ ਜੀ ਅਸੀਂ ਦੱਸਣੀਆਂ ਤੁਕਾਂ ਤੇ ਤੁਹਾਨੂੰ ਕਾਹਦੇ ਲਈ ਬੁਲਾਇਆ। ਉਹ ਕਹਿੰਦੇ ਡੇਢ ਦੋ ਫੁੱਟ ਜ਼ਮੀਨ ਤੋਂ ਤਾਂ ਸਟੇਜ ਤੇ ਤੁਹਾਨੂੰ ਬਿਠਾਇਆ ਤੇ ਤੁਕਾਂ ਸਾਨੂੰ ਪੁੱਛਦੇ ਹੋ, ਸਾਨੂੰ ਪੁੱਛੋ ਗਾਣਾ, ਸਾਨੂੰ ਪੁੱਛੋ ਵੀ ਭੰਗੜਾ ਕਿੱਦਾਂ ਪਾਈਦਾ, ਸਾਨੂੰ ਪੁੱਛੋ ਬੋਲੀਆਂ ਕਿੱਦਾਂ ਪਾਈਦੀਆਂ, ਸਾਨੂੰ ਪੁੱਛੋ ਵੀ 90 ਸਾਲ ਦਾ ਬੁੱਢਾ ਮਰ ਜਾਵੇ ਤੇ ਵੈਣ ਕਿੱਦਾਂ ਪਾਈਦੇ ਆ, ਸਾਨੂੰ ਪੁੱਛੋ ਘਰ 'ਚ ਵਿਆਹ ਹੋਵੇ ਤੇਲ ਕਿੱਦਾਂ ਚੋਈਦਾ, ਸਾਨੂੰ ਪੁੱਛੋ ਮੜੀ ਤੇ ਦੀਵਾ ਕਿੱਦਾਂ ਜਗਾਈਦਾ, ਸਾਨੂੰ ਪੁੱਛੋ ਬੁੱਢਾ ਮਰ ਜਾਏ ਰੋਟੀ ਉਹਨੂੰ ਪੁੱਛੋ ਨਾ ਪੁੱਛੋ ਮਗਰੋਂ ਬਿਸਤਰਾ ਕਿੱਦਾਂ ਬਣਾ ਕੇ ਗੁਰਦੁਆਰੇ ਦੇ ਕੇ ਆਈਦਾ, ਰਜਾਈ ਤਲਾਈ ਕਿੱਦਾਂ ਦੇ ਕੇ ਆਈਦੀ ਆ, ਸਾਨੂੰ ਇਹ ਪੁੱਛੋ ਵੀ ਜਦੋਂ ਬਜ਼ੁਰਗ ਮਰ ਜਾਏ ਮਗਰੋਂ ਭਾਂਡਾ ਕਿੰਨਾ ਭੰਨੀਦਾ, ਸਾਨੂੰ ਬਾਣੀ ਪੁੱਛੀ ਜਾਂਦੇ ਤੁਸੀਂ, ਸਾਨੂੰ ਪੁੱਛੋ ਜਿਹੜਾ ਸਾਡਾ ਤਜਰਬਾ ਹੈ, ਤਜਰਬਾ ਸਾਡਾ ਇਹ ਆ ਵੀ ਜਿਉਂਦੇ ਭਾਵੇਂ ਨੋਹਾਂ ਰੋਟੀ ਨਾ ਦੇਣ, ਜਿਉਂਦੇ ਭਾਵੇਂ ਪੁੱਤ ਪੁੱਛਣ ਨਾ, ਜਦੋਂ ਮਰ ਜਾਏ ਉਦੋਂ 35-35, 40-40 ਲੋਈਆਂ ਜਦੋਂ ਬੰਦਾ ਚੜ੍ਹਾਈ ਕਰਦਾ ਉਹਦੇ ਸਵਿਆਂ 'ਤੇ ਇਕੱਠੀਆਂ ਹੋ ਜਾਂਦੀਆਂ, ਜਿੱਡੇ ਵੱਡੇ ਟੱਬਰ ਦਾ ਬਾਪੂ ਹੋਏਗਾ ਉਨੀਆਂ ਵੱਡੀਆਂ, ਉੱਚੀ ਬੋਲੋ ਜੀ ਲੋਈਆਂ, ਅਤੇ ਜਿਹੜੇ ਸੰਸਕਾਰ 'ਤੇ ਵੀ ਆਉਂਦੇ ਉਹ ਵੀ ਕਹਿੰਦੇ ਲੈ ਅੱਜ ਤਾਂ ਐਤਵਾਰ ਦੁਕਾਨਾਂ ਹੀ ਬੰਦ ਹੋਣੀਆਂ, ਇਹਦੇ ਇੱਕ ਅੱਧੀ ਘਰ ਪਈ ਹੋਣੀ ਆ, ਲੋਈਆਂ ਲੈ ਕੇ ਆਉਂਦੇ ਉਦਣ, ਲੋਈਆਂ ਪਾਉਂਦੇ ਉੱਤੇ ਲਾਸ਼ ਦੇ ਉੱਤੇ, ਇਹਦਾ ਬੜਾ ਤਜਰਬਾ ਸਾਨੂੰ, ਭਾਂਡਾ ਭਾਂਡਾ ਰੋੜਨਾ ਇਹਦਾ ਬੜਾ ਤਜਰਬਾ ਸਾਨੂੰ, ਮਖਾਣੇ ਵੰਡਣੇ ਉੱਥੇ ਇਹਦਾ ਬੜਾ ਤਜਰਬਾ ਸਾਨੂੰ, ਰਜਾਈ ਤਲਾਈ ਬਿਸਤਰਾ। ਅੱਛਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਬੰਦੇ ਨੂੰ ਜਿਉਂਦੇ ਵਧੀਆ ਬਿਸਤਰਾ ਚਾਹੀਦਾ ਕਿ ਮਰਨ ਤੋਂ ਬਾਅਦ ਭਲਾ? ਅੱਛਾ ਜਿਉਂਦੇ ਬਾਪੂ ਦੀ ਰਜਾਈ 'ਚੋਂ ਮੁਸ਼ਕ ਆਉਂਦਾ ਅਤੇ ਮਗਰੋਂ ਨਵੀਂ ਬਣਾ ਕੇ ਦਿੰਦੇ ਗੁਰਦੁਆਰੇ? ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਹਰ ਸਾਲ ਬਾਪੂ ਦਾ ਬਿਸਤਰਾ ਬਦਲ ਜਾਵੇ, ਉਹਦੀ ਚਾਦਰ ਬਦਲੀ ਹੋਵੇ, ਉਹਦੀ ਚਾਦਰ ਸਰਾਣੇ ਦਾ ਸ਼ਾਰਟ ਚੇਂਜ ਹੋਵੇ, ਐਂ ਬਾਪੂ ਕੋਲੋਂ ਸੁਗੰਧੀਆਂ ਆਉਂਦੀਆਂ ਹੋਣ, ਮਰਨ ਤੋਂ ਬਾਅਦ ਬਿਸਤਰਾ ਭਾਵੇਂ ਦਿਓ ਨਾ ਦਿਓ, ਬੇਸ਼ੱਕ ਨਾ ਦਿਓ, ਪਰ ਇਹ ਬੜਾ ਤਜਰਬਾ ਬਿਸਤਰਾ ਬਣਾ ਕੇ ਦੇਣਾ, ਰਜਾਈ ਤਲਾਈ ਕੌਲੀ ਚਿਮਚਾ ਸਰਾਣਾ ਗਲਾਸ, ਕਈ ਤਾਂ ਐਡੇ ਢੀਠ ਆ ਵੀ ਜੁੱਤੀ ਵੀ ਵਿੱਚ ਬਿਸਤਰੇ ਦੇ ਬੰਨ੍ਹ ਕੇ ਮਹਾਰਾਜ ਦੇ ਸਰੂਪ ਲੱਗੇ ਲਿਆਉਂਦੇ, ਉਹਨਾਂ ਨੂੰ ਰੋਕੀ ਦਾ ਵੀ ਜੁੱਤੀ ਬਾਹਰ ਰਹਿਣ ਦਿਓ, ਨਹੀਂ ਨਹੀਂ ਅਰਦਾਸ ਨਹੀਂ ਕਰਾਉਣੀ, ਫਿਰ ਭਾਈ ਸਾਹਿਬ ਨੇ ਕਹਿਣਾ ਸਾਰਾ ਸਮਾਨ ਉੱਤੇ ਪਹੁੰਚੇ, ਵੀ ਭਾਈ ਸਾਹਿਬ ਲੱਗ ਹੀ ਲੱਗੇ ਤੁਹਾਡੇ ਸਮਾਨ ਪਹੁੰਚਾਉਣ, ਪੈਨਸ਼ਨਾਂ ਤੁਸੀਂ ਖਾ ਕੇ ਬਾਪੂ ਦੀਆਂ ਸਮਾਨ ਅਸੀਂ ਪਹੁੰਚਾਈਏ, ਹੁਣ ਨਿਆਣੇ ਤੁਹਾਡੇ ਸਾਹਮਣੇ ਰਹੇ ਅਤੇ ਸਮਾਨ ਮਗਰੋਂ ਗ੍ਰੰਥੀ ਪਹੁੰਚਾਵੇ, ਪਰ ਨੇਰ ਸਾਈਂ ਦਾ ਜੇ ਵਿਚਾਰੇ ਨੇ ਸ਼ਬਦ ਨਾ ਬੋਲੇ ਤਾਂ ਅਸੀਂ ਪਿੱਟ ਸਿਆਪਾ ਪਾਉਣਾ, ਰੌਲਾ ਪਾ ਦੇਣਾ ਅਸੀਂ ਵੀ ਹੈ ਲੈ ਇਹ ਕਿੱਦਾਂ ਦਾ ਬੰਦਾ ਵੀ ਬੋਲਦਾ ਹੀ ਨਹੀਂ। ਮਾਫ ਕਰਨਾ, ਸਾਨੂੰ ਜਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਸੀ ਉਹਦੀ ਨਹੀਂ ਹੈ, ਪਾਣੀ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਸੀ ਉਹ ਨਹੀਂ ਪਤਾ, ਬਾਕੀ ਗੱਲਾਂ ਦੀ ਕਿੰਨੀ ਨੌਲੇਜ ਹੈ, ਕਿੱਦਾਂ ਕਬਰਾਂ ਬਾਰੇ ਮੜੀਆਂ ਬਾਰੇ ਲੈਣ ਦੇਣ ਬਾਰੇ ਸਾਨੂੰ ਕਿੰਨੇ ਤਜਰਬੇ ਆ, ਮੇਰੇ ਖਿਆਲ 'ਚ PhD ਕੀਤੀਆਂ ਪਈਆਂ ਸੀ ਵਿਆਹਾਂ ਸ਼ਾਦੀਆਂ 'ਤੇ ਕਿਹਨੂੰ ਕਿੰਨੇ ਦੇਣੇ ਆ, ਕਿਹਨੂੰ ਕਿਹੜਾ ਸੂਟ ਲਾ ਕੇ ਦੇਣਾ ਵਾ, ਕੁੜੀ ਦਾ ਸੂਟ ਲਾਉਣਾ, ਪ੍ਰਾਹੁਣੇ ਦੀ ਇਕੱਲੀ ਪੱਗ ਹੀ ਲਾਉਣੀ ਹੈ, ਕਿਉਂ ਪ੍ਰਾਹੁਣੇ ਨੂੰ ਪੈਂਟ ਕਮੀਜ਼ ਚੁੱਭਦੀ ਹੈ, ਕਿੱਡੇ ਵੱਡੇ ਤਜਰਬੇ ਆ, ਜੇਬ ਪ੍ਰਾਹੁਣੇ ਦੀ ਖਾਲੀ ਕਰਾਉਣੀ ਹੈ ਉਹਨੂੰ ਵਿਚਾਰੇ ਨੂੰ ਪੱਗ ਮਿਲਦੀ ਹੈ, ਉਹ ਵਿਚਾਰਾ ਚੁੱਪ ਜੇ ਕਰਕੇ ਬਹਿੰਦਾ ਕਹਿੰਦਾ ਬਾਅਦ 'ਚ ਦਬਕੇ ਪੈਣੇ ਪੱਗ ਹੀ ਠੀਕ ਹੈ, ਉਹਨੂੰ ਇਹ ਕਹਿੰਦਾ ਕਿ ਤੇਰੀ ਪੱਗ ਆਈ ਹੈ, ਕਹਿੰਦਾ ਠੀਕ ਹੈ ਜੀ, ਦੁਕਾਨਾਂ 'ਤੇ ਜਾ ਕੇ ਪਹਿਲਾਂ ਹੀ ਕਹਿੰਦੇ ਆ ਲੈਣ ਦੇਣ ਵਾਲਾ ਸੂਟ ਦੇ ਦਿਓ, ਉਹਨਾਂ ਨੂੰ ਵੀ ਪਤਾ ਹੁੰਦਾ, ਕੁਝ ਸੂਟ ਕਾਰਖਾਨਿਆਂ 'ਚ ਪਹਿਲਾਂ ਹੀ ਬਣਦੇ ਵੀ ਇਹ ਕਿਸੇ ਦੇ ਗਲ ਨਹੀਂ ਪੈਣੇ, ਨਾ ਤੁਰਦਿਆਂ ਤੁਰਦਿਆਂ ਦਮ ਤੋੜ ਜਾਣਾ, ਕਿੰਨੀ ਯਾਦ ਆ ਸਾਡੀ ਤੇਜ਼ ਹੈ, 5-7 ਸਾਲਾਂ ਬਾਅਦ ਘੁੰਮ ਕੇ ਉਹ ਸੂਟ ਤੁਹਾਡੇ ਘਰ ਆ ਜਾਂਦਾ, ਅਤੇ ਜਿਹੜੀਆਂ ਮਾਈਆਂ ਕਹਿੰਦੀਆਂ ਸਾਨੂੰ ਸ਼ਬਦ ਨਹੀਂ ਚੇਤੇ ਆਉਂਦਾ, 7 ਸਾਲਾਂ ਬਾਅਦ ਵੀ ਸੂਟ ਨੂੰ ਹੱਥ ਲਾ ਕੇ ਇਹ ਤਾਂ ਆਪਣੇ ਘਰੋਂ ਹੀ ਗਿਆ, ਤੁਸੀਂ ਧਿਆਨ ਦੀਆਂ ਸਾਨੂੰ ਚਾਬੀ ਰੱਖ ਕੇ ਚੇਤਾ ਭੁੱਲ ਜਾਂਦਾ, 8 ਸਾਲਾਂ ਬਾਅਦ ਸੂਟ ਦਾ ਕਿੱਦਾਂ ਚੇਤਾ ਰਹਿ ਗਿਆ, ਇਹਦਾ ਅਰਥ ਇਹ ਆ ਕਿ ਅਸੀਂ ਜਿਹੜੀਆਂ ਕੰਮ ਦੀਆਂ ਗੱਲਾਂ ਸੀ ਉਹ ਨਹੀਂ ਚੇਤੇ ਕੀਤੀਆਂ, ਆ ਬੇਫਜ਼ੂਲ ਇੱਕ ਕੰਮ ਕਰ ਲਓ ਆਪਣੀ ਜ਼ਿੰਦਗੀ 'ਚ, ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਨੇ ਆ, ਸੂਟ ਲੈਣ ਦੇਣ ਬੰਦ ਕਰ ਦਿਓ, ਇਹ ਹੈਲਪ ਹੁੰਦੀ ਸੀ ਪੁਰਾਣੇ ਸਮੇਂ 'ਚ ਵੀ ਕਿਸੇ ਦੇ ਘਰ ਜਾਣਾ, 200-400 ਸ਼ਗਨ ਪਾਉਣਾ, ਉਹਨੂੰ 4 ਪੈਸੇ ਇਕੱਠੇ ਹੋ ਜਾਣੇ, ਉਹਦੇ ਬਹਾਨੇ ਉਹਨੇ ਕੋਲ ਜਿਹੜਾ ਖਰਚਾ ਖੋਇਆ ਹੋਣਾ ਉਹ ਵੰਡਿਆ ਜਾਣਾ, ਕੰਮ ਕੀ ਕਰਦੇ ਪਹਿਲਾਂ ਪੰਡਾ ਬਣ ਕੇ ਉਹ ਸੂਟ ਲਈ ਆਉਂਦੇ, ਅਗਲੇ ਪੰਡਾ ਬਣ ਕੇ ਫਿਰ ਇੱਧਰੋਂ ਲੈ ਕੇ ਜਾਂਦੇ ਆ, ਫਿਰ ਨੁਕਸ ਕੱਢਦੇ ਲੈ ਅਸੀਂ 5,000 ਦਿੱਤਾ 2,000 ਦਾ ਮੱਥੇ ਮਾਰਿਆ, ਤੁਹਾਨੂੰ ਕਿਸੇ ਨੇ ਕਿਹਾ ਸੀ ਵੀ ਉਦੋਂ ਅੱਡੀਆਂ ਚੁੱਕ ਚੁੱਕ ਫਾਹ ਲਿਓ, ਮਾਫ ਕਰੋ ਸਭ ਤੋਂ ਵੱਡੀ ਸਾਡੀ ਐਨਰਜੀ ਇਹਨਾਂ ਕੰਮਾਂ 'ਚ ਵੇਸਟ ਹੋ ਰਹੀ ਹੈ, ਜੇ ਦਿਨ ਮਨਾ ਰਹੇ ਜੇ ਤਾਂ ਕੁਝ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਅਸੀਂ ਸਹੁੰ ਖਾਧੀ, ਅਸੀਂ ਪਹਿਲਾਂ ਅੱਡੀਆਂ ਚੁੱਕ ਚੁੱਕ ਕੇ ਫਾਹ ਲੈਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਸਾਡਾ ਸਰਕਾਰਾਂ ਕਰਜ਼ਾ ਮਾਫ਼ ਕਰ ਦੇਵੇ, ਨਸ਼ੇ ਅਸੀਂ ਅੰਨੇ ਪਿਆਉਂਦੇ ਹਾਂ, ਫਿਰ ਕਿਹਨੇ ਮੰਗਿਆਈ ਹੋ ਗਈ ਹੈ,
ਇਹ ਦਿਨ ਮਨਾਉਣ ਦਾ ਅਰਥ ਆ ਬੰਦੇ ਆਪਣੇ ਆਪ ਨੂੰ ਬਦਲ, ਕੋਈ ਫਰਕ ਨਹੀਂ ਪੈਣਾ, ਸੋਚ ਤਬਦੀਲ ਕਰੋ ਆਪਣੀ। ਗੁਰੂ ਪਾਤਸ਼ਾਹ ਦੀ ਸਿੱਖਿਆ ਬਾਣੀ ਸਾਨੂੰ ਇਹੋ ਸਿਖਾਉਂਦੀ ਹੈ। ਆ ਚਾਰ ਦਿਨ ਗੁਰਪੁਰਬ ਆਇਆ, ਢੋਲਕੀਆਂ ਕੁੱਟ ਲੀਆਂ, ਚਿਮਟੇ ਵਜਾ ਲਏ, ਪ੍ਰਭਾਤ ਫੇਰੀਆਂ ਕੱਢ ਲਈਆਂ, ਫਿਰ ਕੰਮ ਉੱਥੇ ਦਾ ਉੱਥੇ ਹੀ, ਕੰਮ ਫਿਰ ਪੁੱਠੇ ਹੀ ਕੀਤੇ, ਉੱਦਾਂ ਹੀ ਮਨਮਤਾ ਕੀਤੀਆਂ, ਉੱਦਾਂ ਹੀ ਸ਼ਰਾਬਾਂ। ਮਾਫ਼ ਕਰਨਾ, ਗੁੱਸਾ ਨਾ ਮਨਾਇਓ। ਜਿਹੜੇ ਬਹੁਤੇ ਕਈ ਵਾਰੀ ਅੱਗੇ ਹੋ ਕੇ ਝੰਡੇ ਚੁੱਕਦੇ, ਮੁੜ ਕੇ ਸਿਆਪਾ ਇਹ ਪਿਆ ਪਿਤਾ ਵੀ ਪੁੱਤਾਂ ਦੇ ਵਿਆਹਾਂ ਤੇ ਆਨੰਦ ਕਾਰਜਾਂ ਤੇ ਸ਼ਰਾਬਾਂ ਫੇਰ ਪੀਤੀਆਂ ਜਾਂਦੀਆਂ। ਦੱਸ ਦਿਓ, ਜਦੋਂ ਇਹਦਾ ਢੋਲਕੀ ਵੱਜਦੀ ਆ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਅੱਗੇ, ਜੋਸ਼ੀ ਦੀ ਦੁਕਾਨ ਦੇ ਲਾਗੇ ਹੁੰਦੀ, ਜਦੋਂ ਨਗਰ ਕੀਰਤਨ ਲੰਘਦਾ ਤਾਂ ਉਹ ਵੀ ਮੱਥਾ ਟੇਕਣ ਬਾਹਰ ਨਿਕਲਦਾ। ਉਹ ਕਹਿੰਦਾ ਵੇ ਜਿਹੜਾ ਸਭ ਤੋਂ ਜ਼ਿਆਦਾ ਢੋਲਕੀ ਕੁੱਟਦਾ ਨਾ, ਪਰਸੋਂ ਪੁੱਛਣ ਆਇਆ ਸੀ ਪੁੱਤਰ ਧੀ ਦੀ ਪੱਤਰੀ ਜਨਮ ਦਿਨ ਦੀਆਂ ਕੁੰਡਲੀਆਂ ਮਿਲਾਉਣ ਆਇਆ ਸੀ, ਅਸੀਂ ਤੁਰੇ ਕਿੱਥੇ ਫਿਰਦੇ ਹਾਂ, ਅੱਜ ਤਾਂ ਇੰਨੇ ਅਸੀਂ ਬਿਮਾਰ ਹੋ ਚੁੱਕੇ ਹਾਂ, ਕਈ ਪੁੱਤਰ ਧੀਆਂ ਦੇ ਆਨੰਦ ਕਾਰਜ ਕਰਨ ਤੋਂ ਪਹਿਲਾਂ ਜਨਮ ਤਰੀਕਾਂ ਮਿਲਾਉਂਦੇ ਫਿਰਦੇ, ਜਾ ਕੇ ਪੁੱਛਦੇ ਫਿਰਦੇ, ਪੁੱਤਰ ਸਾਡਾ, ਧੀ ਸਾਡੀ, ਜਵਾਕ ਸਾਡੇ ਨੇ, ਅਸੀਂ ਪਖੰਡੀਆਂ ਨੂੰ ਪੁੱਛਦੇ ਫਿਰਦੇ ਹਾਂ ਆਪਣੇ ਬੱਚਿਆਂ ਦੇ ਵਿਆਹਾਂ ਬਾਰੇ। ਗੁਰੂ ਪਾਤਸ਼ਾਹ ਦੀ ਬਾਣੀ ਸਾਨੂੰ ਸਿੱਖਿਆ ਕੀ ਦਿੰਦੀ? ਇੱਥੇ ਪਾਤਸ਼ਾਹ ਜੀ ਨੇ ਕਿੱਡਾ ਪਿਆਰਾ, ਜਿੰਨਾ ਵਕਤ ਜਿਸ ਸਮੇਂ ਜਿਸ ਟਾਈਮ ਲੋਕ ਉੱਜੜ ਰਹੇ ਸੀ, ਗੁਰੂ ਸਾਹਿਬ ਲੋਕਾਂ ਨੂੰ ਵਸਣ ਦਾ ਤਰੀਕਾ ਦੱਸ ਰਹੇ ਸੀ। ਜਿਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਨਾ ਸਾਧ ਸੰਗਤ, ਜਿੱਦਣ ਬੀਬੀ ਭਾਣੀ ਦਾ ਰਿਸ਼ਤਾ ਕੀਤਾ, ਪਤਾ ਲੋਕ ਕੀ ਆਉਂਦੇ ਸੀ? ਕਹਿੰਦੇ ਨਾ ਅੱਗੇ ਦਾ ਪਤਾ, ਨਾ ਪਿੱਛੇ ਦਾ ਪਤਾ, ਕੀ ਵੇਖਿਆ। ਜਾਇਦਾਦ ਪੱਖੋਂ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦਾ ਆਪਸ ਵਿੱਚ ਮੇਲ ਕੋਈ ਨਹੀਂ ਹੈ, ਪਰ ਪਾਤਸ਼ਾਹ ਨੇ ਭਾਈ ਜੇਠੇ ਦੀਆਂ ਫੈਕਟਰੀਆਂ ਚੱਲਦੀਆਂ ਨਹੀਂ ਵੇਖੀਆਂ, ਕਾਰੋਬਾਰ ਨਹੀਂ ਵੇਖਿਆ, ਗੁਣ ਵੇਖੇ। ਮੈਂ ਕਹਿੰਦਾ ਜਦੋਂ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਹਾਂ, ਅੱਜ ਇਹ ਚੀਜ਼ ਆਪਣੇ ਜੀਵਨ 'ਚ ਵੇਖੋ, ਰਿਸ਼ਤੇ ਬਰਾਬਰਤਾ ਹੋਣ, ਕੀ ਹੋਵੇ, ਗੁਣ ਵੇਖੋ, ਜਾਇਦਾਦ ਨਹੀਂ। ਜਾਇਦਾਦਾਂ ਤੇ ਜੇ ਤੁਹਾਡੇ ਬੱਚੇ 'ਚ ਗੁਣ ਹੋਏਗੀ, ਜਾਇਦਾਦ ਬਣ ਜਾਣੀ ਹੈ, ਜੇ ਗੁਣ ਨਾ ਹੋਇਆ ਤੇ ਜਾਇਦਾਦਾਂ ਵਿਕ ਵੀ ਜਾਂਦੀਆਂ ਨੇ। ਮੰਨ ਲਓ ਇੱਕ ਬੰਦਾ ਕਹਿੰਦਾ ਜੀ ਜਵਾਈ ਨੂੰ 30 ਕਿੱਲੇ ਆਉਂਦੇ, ਜੇ ਗੁਣ ਨਾ ਹੋਇਆ ਤੇ 30 ਤੋਂ 3 ਵੀ ਹੋ ਸਕਦੇ ਨੇ, ਜੇ ਗੁਣ ਹੋਏ ਤੇ 3 ਤੋਂ 30 ਵੀ ਬਣਾ ਸਕਦਾ। ਤੁਸੀਂ ਜ਼ਿੰਦਗੀ 'ਚ ਬਣਦੇ ਵੀ ਵੇਖੇ ਹੋਣੇ ਨੇ, ਜ਼ਿੰਦਗੀ 'ਚ ਬਜ਼ੁਰਗਾਂ ਨੇ ਕਦੀ ਐਸੇ ਪਰਿਵਾਰ ਵੀ ਵੇਖੇ ਹੋਣੇ ਨੇ ਜਦੋਂ ਰਿਸ਼ਤਾ ਕੀਤਾ ਸੀ ਉਦੋਂ 1.5 ਕਿੱਲਾ ਆਉਂਦੀ ਸੀ, ਅੱਜ 15 ਕਿੱਲਿਆਂ ਦਾ ਮਾਲਕ ਹੈ, ਜਦੋਂ ਰਿਸ਼ਤਾ ਕੀਤਾ ਸੀ ਉਦੋਂ 20 ਕਿੱਲਿਆਂ ਦਾ ਮਾਲਕ ਸੀ, ਵੇਚਦਾ ਵੇਚਦਾ ਅੱਜ 2 ਕਿੱਲਿਆਂ 'ਤੇ ਆ ਗਿਆ। ਗੱਲ ਗੁਣਾਂ ਦੀ ਹੈ, ਜੇ ਸੱਚੀ ਦਿਨ ਮਨਾ ਰਹੇ ਹਾਂ ਤੇ ਗੁਣ ਆਪਣੀ ਜ਼ਿੰਦਗੀ 'ਚ ਵੇਖੋ। ਪਾਤਸ਼ਾਹ ਨੇ ਸਾਨੂੰ ਕਿੱਦਾਂ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਸੀ, ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ। 52 ਕਿੱਤਿਆਂ ਦੇ ਵਪਾਰੀ, ਵੱਖ ਵੱਖ ਕਿੱਤਿਆਂ ਦੇ ਵਪਾਰੀ ਲਿਆ ਕੇ ਅੰਮ੍ਰਿਤਸਰ ਸ਼ਹਿਰ 'ਚ ਵਸਾਏ ਸੀ ਗੁਰੂ ਰਾਮਦਾਸ ਪਿਤਾ ਜੀ ਦੇ। ਜਿਹੜੇ ਲੋਕ ਆਉਂਦੇ ਸੀ ਗੁਰੂ ਰਾਮਦਾਸ ਮਹਾਰਾਜ ਦਾ, ਅੱਗੇ ਦਾ ਨਹੀਂ ਪਤਾ, ਪਿੱਛੇ ਦਾ ਨਹੀਂ ਪਤਾ, ਪਰ ਕੌਣ ਜਾਣਦਾ ਸੀ ਦੁਨੀਆ ਨੂੰ ਬਿਜ਼ਨਸ ਕਰਨਾ ਸਿਖਾਉਣਗੇ ਗੁਰੂ ਰਾਮਦਾਸ ਮਹਾਰਾਜ, ਰੋਟੀ ਕਿੱਦਾਂ ਕਮਾਉਣੀ ਹੈ, ਕਾਰੋਬਾਰ ਕਿੱਦਾਂ ਕਰਨਾ ਹੈ, ਇਹ ਗੁਰੂ ਰਾਮਦਾਸ ਮਹਾਰਾਜ ਦੁਨੀਆ ਨੂੰ ਦੱਸਣਗੇ।